ਜਿਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਭ ਪਾਇਓ, ਅਤੇ ਇਹ ਸਾਰੀ ਸਾਰੀ ਫਿਲਮ ਇੱਕ ਪ੍ਰੇਮ ਦੀ ਕਹਾਣੀ। ਮੈਂ ਕਿਹਾ ਸੀ ਕਿ ਮੈਂ ਵੀ ਹੀਰੋ ਆਉਣਾ, ਚਿੱਟੇ ਦਾੜੇ ਤਾਂ ਨਾ ਜਾਇਓ, 70 ਸਾਲ ਦਾ ਬੰਦਾ ਹੀਰੋ ਆਏਗਾ ਅਤੇ ਰੋਮੈਂਟਿਕ ਫਿਲਮਾਂ ਕਰੇਗਾ, ਇਹ ਮੈਂ ਕਹਿ ਰਿਹਾ ਸੀ। ਕਿਉਂਕਿ ਇੰਡਸਟਰੀ ਦਾ ਇੱਕ ਸੁਭਾਅ ਹੈ ਕਿ ਵਾਹ 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 ਕਿਆ ਬਾਤ ਹੈ, ਬੱਲੇ ਬੱਲੇ ਕਮਾਲ ਕਰਤੀ। ਇਹੋ ਜਿਹੇ ਬੰਦੇ ਬੜੇ ਡੇਂਜਰਸ ਹੁੰਦੇ ਆ। ਜਿਹੜੀ ਚੀਜ਼ ਗਲਤ ਹੈ ਉਹਨੂੰ ਮੈਂ ਗਲਤ ਕਹਿ ਦਿੰਦਾ, ਜੇ ਮੈਨੂੰ ਆਪਣੇ 'ਚ ਕੋਈ ਗਲਤੀ ਲੱਗਦੀ ਹੈ ਮੈਂ ਉਹ ਵੀ ਕਹਿ ਦਿੰਦਾ। ਐਮੀ ਵਿਰਕ ਹੈ ਸਾਡੇ ਕੋਲ, ਗਿੱਪੀ ਗਰੇਵਾਲ ਹੈ ਸਾਡੇ ਕੋਲ, ਦਲਜੀਤ ਹੈ ਸਾਡੇ ਕੋਲ, ਅਮਰਿੰਦਰ ਗਿੱਲ ਹੈ। ਤੁਸੀਂ ਮੈਨੂੰ ਪੰਜਵਾਂ ਹੀਰੋ ਗਿਣੋ, ਹੈਗਾ ਕੋਈ, ਕਿਉਂ ਨਹੀਂ? ਸੋ ਬੇਸਿਕਲੀ ਅਸੀਂ ਉਹਨੂੰ ਐਕਸਪੈਰੀਮੈਂਟ ਕਰਨ ਲੱਗੇ ਹਾਂ। ਉਹ ਬੜੇ ਪ੍ਰੋਡਿਊਸਰ ਦੇ ਫੀਲ ਕਰਦੇ ਵੀ ਯੋਗਰਾਜ ਸਿੰਘ ਨੂੰ ਇੱਕ ਰੋਮੈਂਟਿਕ ਐਕਸ਼ਨ ਕਾਮੇਡੀ ਫਿਲਮ ਬਣਾਵਾਂਗੇ, ਬਾਰੀ ਉਹਦੀ ਕੀ ਏਜ ਹੈ ਕੀ ਨਹੀਂ ਉਹਨੂੰ ਬਣਾਵਾਂਗੇ ਫਸਟ ਕਲਾਸ। ਮੇਰੇ ਦੋਸਤ ਨੇ ਚਾਈਨੀਜ਼ ਕੁੜੀ ਨਾਲ ਵਿਆਹ ਕਰਾਇਆ, ਉਹਦੇ ਬੱਚੇ ਹੋਏ ਨੇ, ਉਹ ਅੱਜ ਤੱਕ ਇਸ਼ਾਰਿਆਂ ਨਾਲ ਗੱਲ ਕਰਦਾ। ਇੱਥੇ ਜੋਤ ਜਗਦੀ ਰੱਬ ਦੀ, ਅਤੇ ਰੱਬ ਦੀ ਕੋਈ ਲੈਂਗੁਏਜ ਨਹੀਂ, ਰੱਬ ਦੀ ਕੋਈ ਬੋਲੀ ਨਹੀਂ। ਸਤਿ ਸ਼੍ਰੀ ਅਕਾਲ ਦੋਸਤੋ, ਚੈਨਲ 7 'ਚ ਤੁਹਾਡਾ ਸਵਾਗਤ। ਅੱਜ ਆਪਾਂ ਪਹੁੰਚੇ ਹਾਂ ਪ੍ਰੈਸ ਕਾਨਫਰੰਸ ਟ੍ਰੇਲਰ ਲਾਂਚ ਦੇ ਵਿੱਚ, ਕੁੜੀ ਹਰਿਆਣੇਵਾਲ ਦੀ। ਅੱਜ ਸਾਡੇ ਨਾਲ ਖਾਸ ਗੱਲਬਾਤ ਆਪਾਂ ਕਰਾਂਗੇ ਯੋਗਰਾਜ ਸਿੰਘ ਜੀ ਨਾਲ। ਸਤਿ ਸ਼੍ਰੀ ਅਕਾਲ ਜੀ। ਯੋਗਰਾਜ ਸਿੰਘ ਸਪੁੱਤਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫਤਿਹ ਸਾਰੇ ਕਬੂਲ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਬੇਟਾ ਜੀ ਬੋਲੋ। ਸਰ, ਕੁੜੀ ਹਰਿਆਣੇਵਾਲ ਦੀ ਦਾ ਰੋਲ, ਤੁਹਾਡੇ ਕੀ ਕਿਰਦਾਰ ਹੈ ਇਹਦੇ ਵਿੱਚ? ਉਹ ਕਿਰਦਾਰ ਦੱਸਣਾ ਤਾਂ ਬੜਾ ਔਖਾ, ਦੇਖ ਕੇ ਤੁਹਾਨੂੰ ਪਤਾ ਲੱਗੂਗਾ ਵੀ ਕੀ ਕਿਰਦਾਰ ਹੈ। ਪਰ ਐਜ਼ ਅ ਫਿਲਮ ਮੈਨੂੰ ਬੜੀ ਸੋਹਣੀ ਲੱਗਦੀ, ਇਸ ਕਰਕੇ ਕਿ ਸਾਡੇ ਵਿਸ਼ਾਲ ਦੇਸ਼ ਦੇ ਵਿੱਚ ਜਿੱਥੇ ਤਰ੍ਹਾਂ ਤਰ੍ਹਾਂ ਦੇ ਧਰਮ ਦੇ ਲੋਕ, ਵਰਗ ਦੇ ਲੋਕ ਰਹਿੰਦੇ ਨੇ, ਪਿਆਰ ਮੁਹੱਬਤ ਨਾਲ ਰਹਿੰਦੇ ਨੇ, ਉਹ ਆਪਾਂ ਵੰਡੀਆਂ ਜਿਹੜੀਆਂ ਪਾਈਆਂ ਨੇ ਆਪਸ ਦੇ ਵਿੱਚ, ਉਹਨੂੰ ਇਕੱਠਾ ਕਰਨ ਵਾਸਤੇ ਫਿਲਮ ਹੈਗੀ ਹੈ। ਜਿੱਦਾਂ ਹਰਿਆਣਾ ਵੰਡਤਾ ਪੰਜਾਬ 'ਚ, ਫਿਰ ਹਿਮਾਚਲ ਬਣਾਤਾ, ਰਾਜਸਥਾਨ ਬਣਾਤਾ, ਅਸੀਂ ਆਪਣੇ ਦੇਸ਼ ਨੂੰ ਆਪ ਹੀ ਵੰਡਤਾ। ਸੋ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਇਕੱਲਾ ਪੰਜਾਬ ਅਤੇ ਹਰਿਆਣਾ ਹੀ ਨਹੀਂ, ਬਲਕਿ ਸਾਰਾ ਦੇਸ਼ ਜਿਹੜਾ ਹੈ ਇਹ ਇੱਕ ਹੈ ਅਤੇ ਹਮੇਸ਼ਾ ਇੱਕ ਹੀ ਰਹੇਗਾ। ਸਾਡੀ ਬੋਲੀ ਇੱਕ ਹੈ, ਸਾਡੀ ਸਮਝ ਇੱਕ ਹੈ, ਸਾਡਾ ਪਿਆਰ ਇੱਕ ਹੈ। ਔਰ ਸਭ ਤੋਂ ਵੱਡੀ ਗੱਲ ਇਹ ਹੈ, ਜਿਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਭ ਪਾਇਓ, ਅਤੇ ਇਹ ਸਾਰੀ ਸਾਰੀ ਫਿਲਮ ਇੱਕ ਪ੍ਰੇਮ ਦੀ ਕਹਾਣੀ ਹੈ। ਸਰ, ਸਟੇਜ ਪ੍ਰੈਸ ਕਾਨਫਰੰਸ 'ਚ ਵੀ ਤੁਸੀਂ ਦੱਸਿਆ ਐਮੀ ਵਿਰਕ ਨਾਲ ਤੁਹਾਨੂੰ ਕੰਮ ਕਰਕੇ ਬਹੁਤ ਮਜ਼ਾ ਆਉਂਦਾ ਹਰੇਕ ਵਾਰੀ ਤੁਹਾਨੂੰ। ਤੁਸੀਂ ਉਹ ਵੀ ਕਹਿੰਦੇ ਐਮੀ ਵਿਰਕ ਜੀ, ਤੁਹਾਡੇ ਕੋਲ ਸਿੱਖਣ ਨੂੰ ਬਹੁਤ ਕੁਛ ਮਿਲਦਾ ਹੈ। ਤੁਸੀਂ ਕਹਿੰਦੇ ਕਿ ਰੋਮੈਂਸ ਵੀ ਤੁਹਾਨੂੰ ਦੇਖਣ ਨੂੰ ਮਿਲੂਗਾ ਇਸ ਮੂਵੀ 'ਚ, ਤੁਸੀਂ ਕਹਿ ਰਹੇ ਕਿ ਤੁਹਾਡਾ, ਅਤੇ ਤੁਹਾਡਾ ਮਤਲਬ ਕੀ ਮੂਮੈਂਟ ਫਿਲਮ 'ਚ ਖਾਸ ਰਹੀ ਕੀ ਹੈ? ਨਹੀਂ ਨਹੀਂ, ਤੁਸੀਂ ਗਲਤ ਸਮਝ ਗਏ ਹੋ। ਮੈਂ ਕਿਹਾ ਸੀ ਕਿ ਮੈਂ ਵੀ ਹੀਰੋ ਆਉਣਾ, ਚਿੱਟੇ ਦਾੜੇ 'ਤੇ ਨਾ ਜਾਇਓ, 70 ਸਾਲ ਦਾ ਬੰਦਾ ਹੀਰੋ ਆਏਗਾ ਅਤੇ ਰੋਮੈਂਟਿਕ ਫਿਲਮਾਂ ਕਰੇਗਾ, ਇਹ ਮੈਂ ਕਹਿ ਰਿਹਾ ਸੀ। ਇਕੱਲੇ ਐਮੀ ਵਿਰਕ ਨਹੀਂ, ਜਿੰਨੇ ਵੀ ਆਰਟਿਸਟ ਨੇ, ਬੇਸ਼ੱਕ ਉਹ ਗਿੱਪੀ ਜੀ ਨੇ, ਬੇਸ਼ੱਕ ਅਮਰਿੰਦਰ ਗਿੱਲ ਜੀ ਨੇ, ਬੇਸ਼ੱਕ ਦਲਜੀਤ ਜੀ ਹੈ, ਐਮੀ ਵਿਰਕ ਹੈ, ਹੋਰ ਸਾਰੇ ਜਿੰਨੇ ਵੀ ਐਕਟਰਸ ਨੇ, ਮੈਨੂੰ ਸਾਰਿਆਂ ਨਾਲ ਕੰਮ ਕਰਕੇ ਬੜਾ ਮਜ਼ਾ ਆਉਂਦਾ। ਪ੍ਰੋਡਿਊਸਰਸ ਨੇ, ਡਾਇਰੈਕਟਰਸ ਨੇ, ਸਾਰੇ ਹੀ ਸਤਿਕਾਰਯੋਗ ਨੇ। ਪਰ ਹਾਂ, ਕਿਤੇ ਜਿੱਥੇ ਮੈਨੂੰ ਇਹ ਲੱਗਦਾ ਹੈ ਕਿ ਬਈ ਆਹ ਚੀਜ਼ ਗਲਤ ਹੈ, ਉਹ ਮੈਂ ਕਹਿ ਦਿੰਦਾ। ਕਿਉਂਕਿ ਇੰਡਸਟਰੀ ਦਾ ਇੱਕ ਸੁਭਾਅ ਹੈ ਕਿ ਵਾਹ 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 ਕਿਆ ਬਾਤ ਹੈ, ਬੱਲੇ ਬੱਲੇ ਕਮਾਲ ਕਰਤੀ। ਇਹੋ ਜਿਹੇ ਬੰਦੇ ਬੜੇ ਡੇਂਜਰਸ ਹੁੰਦੇ ਆ। ਜਦ ਕੋਈ ਚੀਜ਼ ਗਲਤ ਹੈ ਉਹ ਕਹਿ ਦੇਣੀ ਚਾਹੀਦੀ, ਔਰ ਮੈਂ ਕਹਿ ਦਿੰਦਾ। ਸ਼ਾਇਦ ਇਹ ਇੱਕ ਫਰਕ ਹੈਗਾ ਕਿ ਅੱਜ ਕੱਲ੍ਹ ਦੇ ਬੱਚਿਆਂ ਨੂੰ ਸ਼ਾਇਦ ਪਤਾ ਨਹੀਂ ਲੱਗਦਾ। ਸੋ ਆਈ ਥਿੰਕ ਇੱਕ ਫਿਲਮ ਬਣੀ ਹੈ, ਬਣੀ ਸੀ ਸ਼ਾਇਰ ਪਿਕਚਰ, ਅਤੇ ਉਹਦੇ ਵਿੱਚ 5-6 ਸੀਨ ਮੇਰੇ ਕੱਟਤੇ ਸੀ, ਅਤੇ ਉਹ ਫਿਲਮ ਅੱਛੀ ਚੱਲੀ। ਬਹੁਤ ਅੱਛੀ ਚੱਲ ਸਕਦੀ ਸੀ ਜੇ ਉਹ 6-7 ਸੀਨ ਮੇਰੇ ਵਾਲੇ ਰਹਿ ਜਾਂਦੇ, ਕਿਉਂਕਿ ਉਹ ਡਾਇਰੈਕਟ ਰਿਲੇਸ਼ਨਸ਼ਿਪ ਜਿਹੜਾ ਸੀਗਾ ਉਹ ਬਿਟਵੀਨ ਦਾਦਾ ਅਤੇ ਪੋਤਾ ਸੀ, ਅਤੇ ਉਹ ਅਖੀਰ 'ਚ ਜਾ ਕੇ ਕਿਤੇ ਟੁੱਟ ਗਿਆ ਔਰ ਸਡਨਲੀ ਦਾਦਾ ਗਾਇਬ ਹੋ ਗਿਆ। ਉਹਦੇ ਬਾਰੇ ਮੈਂ ਵਿਚਾਰਧਾਰਾ ਕੀਤੀ, ਅਤੇ ਸ਼ਾਇਦ
ਡਾਇਰੈਕਟਰ ਨੂੰ ਜਾਂ ਪ੍ਰੋਡਿਊਸਰ ਨੂੰ ਇਹ ਗੱਲ ਮੇਰੀ ਨਹੀਂ ਪਸੰਦ ਆਈ, ਪਰ ਮੈਂ ਉਹ ਪਰਵਾਹ ਨਹੀਂ ਕਰਦਾ। ਜਿਹੜੀ ਗੱਲ ਦਿਲ ਚੰਦੀ ਮੈਂ ਕਹਿ ਦਿੰਦਾ, ਜੇ ਉਹ ਫਿਲਮ ਨੇ ਅੱਜ 20-25 ਕਰੋੜ ਦਾ ਬਿਜ਼ਨਸ ਕੀਤਾ ਹੈ, ਸ਼ਾਇਰ ਨੇ ਤਾਂ ਸ਼ਾਇਦ ਉਹ 50-60 ਕਰੋੜ ਦਾ ਬਿਜ਼ਨਸ ਕਰਦੀ, 100 ਕਰੋੜ ਦਾ ਕਰਦੀ ਜੇ ਉਹ ਸੀਨ ਨਾ ਕੱਟੇ ਜਾਂਦੇ। ਸੋ ਕਈ ਵਾਰੀ ਜ਼ਿੰਦਗੀ ਦੇ ਵਿੱਚ ਮੈਨੂੰ ਫੀਲ ਹੁੰਦਾ ਹੈ ਕਿ ਕੰਮ ਕਰਨ ਤੋਂ ਬਾਅਦ ਤੁਹਾਡੇ ਜਦ ਸੀਨਸ ਕੱਟੇ ਜਾਂਦੇ ਨੇ ਉਹ ਮੈਨੂੰ ਬੜਾ ਦਰਦ ਕਰਦੇ ਨੇ, ਉਹ ਬੜੇ ਦੁੱਖ ਦਿੰਦੇ ਨੇ। ਔਰ ਮੈਂ ਹਮੇਸ਼ਾ ਇਹ ਗੱਲ ਨੂੰ ਕਹਿ ਦਿੰਦਾ, ਜਾਂ ਕੋਈ ਐਕਟਰ ਹੋਵੇ ਜਾਂ ਕੋਈ ਹੋਵੇ, ਕਿ ਬੇਟਾ ਇੱਦਾਂ ਨਹੀਂ, ਇੱਦਾਂ ਕਰ ਲੈਣਾ ਚਾਹੀਦਾ ਸੀ। ਸੋ ਕਿ ਹੁਣ ਰੀਅਲਾਈਜ਼ ਵੀ ਕਰਦੇ ਕਈ ਵਾਰੀ ਕਿ ਹਾਂ ਜੋ ਬਾਈ ਜੀ ਕਹਿੰਦੇ ਨੇ ਉਹ ਠੀਕ ਕਹਿੰਦੇ ਨੇ, ਕਿਉਂਕਿ ਇਹ ਦਾੜਾ ਧੁੱਪ ਤਾਂ ਚਿੱਟਾ ਹੋਇਆ ਨਹੀਂ, 52 ਸਾਲ ਹੋ ਗਏ ਇੰਡਸਟਰੀ 'ਚ। ਸੋ ਇਸ ਤਰ੍ਹਾਂ ਦੇ ਕਈ ਵਾਰੀ ਜਿਵੇਂ ਪਿੰਜਰਾ ਪਿਕਚਰ 'ਤੇ ਸ਼ੂਟਿੰਗ ਕਰ ਰਹੇ ਸੀਗੇ, ਕੁਛ ਗੱਲਾਂ ਸੀ ਜਿਹੜੀਆਂ, ਮੈਂ ਕਹਿੰਦੀ ਉਹਨੂੰ 2 ਮਹੀਨੇ ਲੇਟ ਕਰੋ ਕਿਉਂਕਿ ਮੇਰੀ ਦਾੜੀ ਪੂਰੀ ਨਹੀਂ ਸੀ, ਇਨ ਦਾ ਮੀਨ ਟਾਈਮ ਆਈ ਵਾਸ ਡੂਇੰਗ ਅਨਦਰ ਫਿਲਮ। ਸੋ ਇਸ ਤਰ੍ਹਾਂ ਹੋਰ ਕਈ ਪਿਕਚਰਾਂ ਇਹੋ ਜਿਹੀਆਂ ਹੈਗੀਆਂ, ਜਿਵੇਂ 25 ਕਿੱਲੇ ਪਿਕਚਰ ਆਈ, ਜਾਂ ਲੁਕਣ ਮੀਚੀ ਆਈ, ਗੁੱਗੂ ਗਿੱਲ ਅਤੇ ਯੋਗਰਾਜ ਸਿੰਘ ਨੂੰ ਲੈ ਕੇ ਇਹਨਾਂ ਨੇ ਚਾਹਿਆ, ਪਰ ਉਹ ਲੋਕਾਂ ਨੇ ਜਸਟੀਫਾਈ ਨਹੀਂ ਕੀਤਾ, ਉਹ ਸਟੋਰੀ ਦੇ ਵਿੱਚ ਪ੍ਰੋਬਲਮ ਸੀ, ਉਹਨਾਂ ਨੇ ਯੋਗਰਾਜ ਸਿੰਘ ਅਤੇ ਗੁੱਗੂ ਗਿੱਲ ਨੂੰ ਉਸ ਪੱਤਰ ਦੇ ਲੈ ਕੇ ਨਹੀਂ ਗਏ, ਅਤੇ ਉਹ ਫਿਰ ਕਿਵੇਂ ਕਲਿੱਕ ਹੋ ਸਕਦੀ ਹੈ। ਜਿਹੜੀ ਚੀਜ਼ ਗਲਤ ਹੈ ਉਹਨੂੰ ਮੈਂ ਗਲਤ ਕਹਿ ਦਿੰਦਾ, ਜੇ ਮੈਨੂੰ ਆਪਣੇ 'ਚ ਕੋਈ ਗਲਤੀ ਲੱਗਦੀ ਹੈ ਮੈਂ ਉਹ ਵੀ ਕਹਿ ਦਿੰਦਾ। ਸੋ ਆਈ ਥਿੰਕ ਫਿਲਮ ਇੰਡਸਟਰੀ ਦਾ ਜਿਹੜਾ ਅਸੂਲ ਮੇਰਾ ਹੈ ਉਹ ਇਹ ਹੈ ਕਿ ਭਾਈ ਮੈਂ ਸੱਚ ਬੋਲਣਾ, ਤੁਹਾਨੂੰ ਚੰਗਾ ਲੱਗੇ ਮਾੜਾ ਲੱਗੇ ਤੁਹਾਡੀ ਮਰਜ਼ੀ ਹੈ। ਹੁਣ ਸਾਡੇ ਜਿੰਨੇ ਵੀ ਐਕਟਰਸ ਨੇ, ਇਹ ਦੇਖੋ ਸਾਡੇ ਕੋਲ 4 ਬੇਸਿਕ ਐਕਟਰ ਨੇ, ਐਮੀ ਵਿਰਕ ਹੈ ਸਾਡੇ ਕੋਲ, ਗਿੱਪੀ ਗਰੇਵਾਲ ਹੈ ਸਾਡੇ ਕੋਲ, ਦਲਜੀਤ ਹੈ ਸਾਡੇ ਕੋਲ, ਅਮਰਿੰਦਰ ਗਿੱਲ ਹੈ। ਤੁਸੀਂ ਮੈਨੂੰ 5ਵਾਂ ਹੀਰੋ ਗਿਣਾਓ, ਹੈਗਾ ਕੋਈ? ਕਿਉਂ ਨਹੀਂ ਹੈਗਾ? ਕਿਉਂਕਿ ਅਸੀਂ ਕ੍ਰੀਏਟ ਹੀ ਨਹੀਂ ਕੀਤਾ, ਅਸੀਂ ਕੰਪਟੀਸ਼ਨ ਦੇ ਵਿੱਚ ਹੀ ਨਹੀਂ। ਸੋ ਬੇਸਿਕਲੀ ਅਸੀਂ ਉਹਨੂੰ ਐਕਸਪੈਰੀਮੈਂਟ ਕਰਨ ਲੱਗੇ ਹਾਂ, ਔਰ ਬੜੇ ਪ੍ਰੋਡਿਊਸਰ ਦੇ ਫੀਲ ਕਰਦੇ ਵੀ ਯੋਗਰਾਜ ਸਿੰਘ ਨੂੰ ਇੱਕ ਰੋਮੈਂਟਿਕ ਐਕਸ਼ਨ ਕਾਮੇਡੀ ਫਿਲਮ ਬਣਾਵਾਂਗੇ, ਬਾਰਿੰਗ ਉਹਦੀ ਕੀ ਏਜ ਹੈ ਕੀ ਨਹੀਂ ਉਹਨੂੰ ਬਣਾਵਾਂਗੇ ਫਸਟ ਕਲਾਸ, ਰੱਖ ਕੇ ਉਹਦੀ ਪਤਲੀ ਪਤਲੀ ਮੁੱਛ, ਛੋਟੀ ਛੋਟੀ ਉਹਦੀ ਦਾੜੀ, ਅਤੇ ਉਹ ਕਰਾਂਗੇ। ਸੋ ਆਈ ਥਿੰਕ ਐਕਸਪੈਰੀਮੈਂਟਸ ਕਰਨੇ ਚਾਹੀਦੇ, ਐਕਸਪੀਰੀਅੰਸ ਕਰਨਾ ਚਾਹੀਦਾ, ਔਰ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਇਸ ਕਰਕੇ ਜ਼ਰੂਰੀ ਨੇ ਕਿ ਇੰਡਸਟਰੀ ਦੇ ਵਿੱਚ ਜਿੰਨੇ ਐਕਟਰਸ ਆਉਣਗੇ, ਜਿੰਨਾ ਕੰਪਟੀਸ਼ਨ ਹੋਊਗਾ, ਉਹਨੀਆਂ ਬੈਟਰ ਫਿਲਮਾਂ ਬਣਨਗੀਆਂ, ਉਹਨਾਂ ਬੈਟਰ ਮੇਕਰ ਆਉਣਗੇ। ਸੋ ਸਾਡੀ ਇੰਡਸਟਰੀ ਜਿਹੜੀ ਤਰੱਕੀ ਇੰਨੀ ਕਰ ਰਹੀ ਹੈ, ਇਹ ਬੇਸਿਕਲੀ ਸਾਰੇ ਐਕਟਰ, ਸਾਰੇ ਹੀਰੋ, ਸਾਰੇ ਹੀਰੋਇਨਸ ਜਿਹੜੀਆਂ ਵੀ ਨੇ, ਜਿੰਨੇ ਵੀ ਕੈਰੈਕਟਰਸ ਨੇ, ਸਾਰਿਆਂ ਨਾਲ ਕੰਮ ਕਰਕੇ ਮੈਨੂੰ ਬਹੁਤ ਅੱਛਾ ਲੱਗਦਾ। ਇਸ ਮੈਂ ਹਰੇਕ ਦੀ ਦੁਆ ਮੰਗਦਾ ਕਿ ਸੱਚੇ ਪਾਤਸ਼ਾਹ ਸਾਰਿਆਂ ਨੂੰ ਭਾਗ ਲਾਵੇ। ਇਸ ਮੂਵੀ ਦੇ ਵਿੱਚ ਵੱਖਰਾ ਕੀ ਦੇਖਣ ਨੂੰ ਮਿਲੂਗਾ ਬਾਕੀ? ਤੁਸੀਂ ਕੀ ਵੱਖਰਾ ਚਾਹੁੰਦੇ ਹੋ? ਹਰ ਫਿਲਮ ਦੇ ਵਿੱਚ ਆਪਦਾ ਫਲੇਵਰ ਹੁੰਦਾ, ਆਪਦੀ ਗੱਲ ਹੁੰਦੀ, ਦੇਖ ਕੇ ਪਤਾ ਲੱਗੂਗਾ। ਮੈਂ ਸਮਝਦਾ ਕਿ ਇਹ ਵੱਖਰਾ ਸ਼ਬਦ ਇਹੋ ਜਿਹਾ ਜਿਹਦੀ ਕੋਈ ਵਿਆਖਿਆ ਹੀ ਹੈ ਨਹੀਂ। ਵੱਖਰਾ ਤਾਂ ਕਿਸੇ ਫਿਲਮ 'ਚ ਕੁਛ ਵੀ ਨਹੀਂ ਹੁੰਦਾ, ਫਿਲਮ ਤਾਂ ਫਿਲਮ ਹੁੰਦੀ ਹੈ, ਉਹ ਦੇਖਣ ਤੋਂ ਬਾਅਦ ਪਤਾ ਲੱਗਦਾ ਕਿ ਫਿਲਮ ਕਿੱਦਾਂ ਦੀ ਹੈ। ਜਾਟ ਔਰ ਜਾਟਣੀ ਦਾ ਜਿਹੜਾ ਮੇਲ ਹੈ ਹਰਿਆਣਾ ਅਤੇ ਪੰਜਾਬ ਦਾ, ਇਹ ਯੂਨੀਕ ਕਨਸੈਪਟ ਕਹਿ ਸਕਦੇ ਹੋ? ਬਦਨਸੀਬੀ ਇਹ ਹੈ ਕਿ ਤੁਸੀਂ ਜਾਟ ਅਤੇ ਜਾਟਣੀ ਨੂੰ ਡਿਫਰੈਂਸ਼ੀਏਟ ਕਰਤਾ, ਡਿਫਰੈਂਸ਼ੀਏਸ਼ਨ ਹੈ ਨਹੀਂ, ਇਹ ਸਾਰਾ ਇੱਕ ਹੀ ਹੈ। ਦੇਖਿਆ ਜਾਏ ਤਾਂ ਸਾਰੀ ਧਰਤੀ ਇੱਕ ਹੈ, ਕਿਤੇ ਅੰਗਰੇਜ਼ੀ ਬੋਲੀ ਜਾ ਰਹੀ ਹੈ, ਕਿਤੇ ਫਾਰਸੀ ਬੋਲੀ ਜਾ ਰਹੀ ਹੈ, ਕਿਤੇ ਅਰਬਿਕ ਬੋਲੀ ਜਾ ਰਹੀ ਹੈ, ਕਿਤੇ ਹਿੰਦੁਸਤਾਨੀ ਬੋਲੀ ਜਾ ਰਹੀ ਹੈ, ਕਿਤੇ ਸੰਸਕ੍ਰਿਤ ਬੋਲੀ ਜਾ ਰਹੀ ਹੈ, ਕਿਤੇ ਪੰਜਾਬੀ ਗੁਰਮੁਖੀ, ਪੰਜਾਬੀ ਨਹੀਂ ਹੈ ਗੁਰਮੁਖੀ ਬੋਲੀ ਜਾ ਰਹੀ ਹੈ, ਤਰ੍ਹਾਂ ਤਰ੍ਹਾਂ ਦੀਆਂ ਲੈਂਗੁਏਜ, ਤਰ੍ਹਾਂ ਤਰ੍ਹਾਂ ਦੇ ਲੋਕ ਰੱਬ ਨੇ ਬਗੀਚਾ ਬਣਾਇਆ। ਕਈ ਐਸੇ ਮੈਂ ਲੋਕ ਦੇਖੇ ਜਿਹਨੂੰ ਲੈਂਗੁਏਜ ਸਮਝ ਹੀ ਨਹੀਂ ਆਉਂਦੀ ਇੱਕ ਦੂਜੇ ਦੀ, ਉਹ ਸਾਰੀ ਸਾਰੀ ਉਮਰ ਕੱਟ ਦਿੰਦੇ ਆ। ਮੇਰੇ ਇੱਕ ਦੋਸਤ ਨੇ ਚਾਈਨੀਜ਼ ਕੁੜੀ ਨਾਲ ਵਿਆਹ ਕਰਾਇਆ, ਉਹਦੇ ਬੱਚੇ ਹੋਏ ਨੇ, ਉਹ ਅੱਜ ਤੱਕ ਇਸ਼ਾਰਿਆਂ ਨਾਲ ਗੱਲ ਕਰਦੇ ਆ ਕਿਉਂਕਿ ਉਹਨੂੰ ਲੈਂਗੁਏਜ ਨਹੀਂ ਆਉਂਦੀ ਇੱਕ ਦੂਜੇ ਦੀ। ਸੋ ਆਈ ਥਿੰਕ ਲੈਂਗੁਏਜ ਇੱਕ ਬਾਹਰ ਹੈ, ਜਦ ਤੁਸੀਂ ਅੱਖਾਂ 'ਚ ਅੱਖਾਂ ਪਾ ਕੇ ਦੇਖਦੇ ਹੋ ਨਾ ਇਨਸਾਨ ਨੂੰ, ਤਾਂ ਲੱਗਦਾ ਰੱਬ ਬੈਠਾ, ਕਿਉਂਕਿ ਇਹ ਸਰੀਰ ਆ ਮੇਰਿਆ, ਤੁਝਮੇ ਜੋਤ ਰੱਖੀ ਤਾਂ ਤੂੰ ਜਗ ਮੇ ਆਇਆ। ਇੱਥੇ ਜੋਤ ਜਗਦੀ ਰੱਬ ਦੀ, ਅਤੇ ਰੱਬ ਦੀ ਕੋਈ ਲੈਂਗੁਏਜ ਨਹੀਂ, ਰੱਬ ਦੀ ਕੋਈ ਬੋਲੀ ਨਹੀਂ, ਕਹਿ ਸਕਦੇ ਪਿਆਰ ਦੀ ਕੋਈ ਲੈਂਗੁਏਜ ਨਹੀਂ। ਸਾਰੀ ਕਹਾਣੀ ਪਿਆਰ 'ਤੇ ਮੁੱਕਦੀ ਹੈ, ਸਾਚ ਕਹੂੰ ਸੁਣ ਲਿਓ ਸਭੀ, ਜਿਨ ਪ੍ਰੇਮ ਕੀ ਉਹ ਤੇ ਨਹੀਂ ਪ੍ਰਭ ਪਾਏ, ਉਹ ਗੱਲ ਇੱਥੇ ਮੁਕਾਤੀ ਦਸਵੇਂ ਪਾਤਸ਼ਾਹ ਨੇ। ਸੋਨਮ ਬਾਜਵਾ ਜੀ ਦਾ ਤੁਸੀਂ ਜਿਹੜਾ ਰੋਲ
ਮਤਲਬ ਕਿੱਦਾਂ ਉਹਨਾਂ ਨੂੰ ਦੇਖ? ਮੈਂ ਕਹਿੰਦਾ ਵੀ ਬਾ ਕਮਾਲ ਦੇ ਐਕਟਰਸ ਨੇ ਜੀ ਸੋਨਮ ਬਾਜਵਾ ਜੀ, ਉਹ ਜਿਹੜੀ ਹਰਿਆਣਵੀ ਬੋਲੀ ਹੈ, ਮਤਲਬ ਜੇ ਤੁਸੀਂ ਮੈਨੂੰ ਕਹਿ ਦਿਓ ਵੀ ਐਂ ਬੋਲਣਾ ਤਾਂ ਸ਼ਾਇਦ ਮੈਂ ਵੀ 10,000 ਵਾਰੀ ਫੰਬਲ ਕਰਾਂ, ਪਰ ਉਹਨੇ ਕਿਸ ਕਲੀਨ ਤਰੀਕੇ ਨਾਲ ਬੋਲਿਆ। ਇਹ ਬਹੁਤ ਦੇਖੋ, ਰੱਬ ਟੈਲੈਂਟ ਦਿੰਦਾ ਹਰੇਕ ਨੂੰ, ਉਹਨੂੰ ਤੁਸੀਂ ਕਿੰਨਾ ਕੁ ਤਰਾਸ਼ਦੇ ਹੋ ਉਹ ਤੁਹਾਡੇ ਆਪਣੇ ਹੱਥ 'ਚ ਹੈ। ਸੋ ਆਈ ਥਿੰਕ ਸੋਨਮ ਬਾਜਵਾ ਇਜ਼ ਅ ਬ੍ਰਿਲੀਅੰਟ ਐਕਟਰਸ। ਕੋਈ ਸੋਨਮ ਬਾਜਵਾ ਅਤੇ ਐਮੀ ਵਿਰਕ ਦੋਨੋਂ ਐਂ ਲੱਗਦੇ ਜਿਵੇਂ ਧਰਮਿੰਦਰ ਦੀ ਅਤੇ ਹੇਮਾ ਮਾਲਨੀ ਦੀ ਜੋੜੀ ਸੀ, ਮੈਂ ਤਾਂ ਇੱਦਾਂ ਹੀ ਕਹਿੰਦਾ, ਕਿਉਂਕਿ ਬੜੀਆਂ ਫਿਲਮਾਂ 'ਚ ਇਕੱਠੇ ਆ ਚੁੱਕੇ ਹੈ ਐਂਡ ਦੇ ਆਰ ਸੁਪਰ ਹਿੱਟ ਜੋੜੀ ਹੈ, ਦੇ ਬੋਥ ਆ ਗ੍ਰੇਟ ਐਕਟਰਸ। ਹੋਰ ਵੀ ਸੀਮਾ ਕੌਸ਼ਲ ਜੀ ਹੈ, ਹਨੀ ਮੱਟੂ ਜੀ, ਸਾਰੇ ਕਮਾਲ ਨੇ। ਆਪਾਂ ਬਾ ਪੰਜਾਬੀ ਫਿਲਮ ਇੰਡਸਟਰੀ ਨੇ ਬਾ ਕਮਾਲ ਐਕਟਰਸ ਦਿੱਤੇ ਨੇ। ਮੇਰੀ ਇੱਕ ਡਰੀਮ ਹੁੰਦੀ ਸੀ ਕਿ ਪੰਜਾਬ ਦਾ ਹੀਰੋ, ਪੰਜਾਬ ਦੀ ਹੀਰੋਇਨ, ਪੰਜਾਬ ਦੇ ਰਾਈਟਰ, ਪੰਜਾਬ ਦੇ ਜਿੰਨੇ ਸਟੇਜ ਦੇ ਹੋਰ ਜਿੰਨੇ ਵੀ ਲੋਕ ਪੰਜਾਬ ਦੇ ਹੋਣ, ਉਹ ਡਰੀਮ ਮੇਰੀ ਪੂਰੀ ਹੋਈ ਅਤੇ ਪੰਜਾਬੀ ਫਿਲਮ ਇੰਡਸਟਰੀ ਅੱਜ ਦੁਨੀਆ ਦੇ ਨੰਬਰ 1 ਇੰਡਸਟਰੀ ਹੈ। ਵੀ ਆਰ ਕੰਪੀਟਿੰਗ ਵਿਦ ਹਾਲੀਵੁੱਡ। ਸੱਜਣ ਸਿੰਘ ਰੰਗਰੂਟ ਹਾਲੀਵੁੱਡ ਫਿਲਮ ਹੈ, ਹੋਰ ਕਿਹੜੀ ਫਿਲਮ ਹੈ? ਅਤੇ ਬਾਲੀਵੁੱਡ ਨੂੰ ਤਾਂ ਅਸੀਂ ਸਮਝਦੇ ਕੁਛ ਨਹੀਂ। ਥੈਂਕ ਯੂ, ਥੈਂਕ ਯੂ, ਸਤਿ ਸ਼੍ਰੀ ਅਕਾਲ।